1995 ਦੇ ਵਿੱਚ ਬਰਨਾਲਾ ਦੇ ਇੱਕ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੂੰ ਪੁਲਿਸ ਦੇ ਵੱਲੋਂ ਅਗਵਾ ਕਰਕੇ ਉਸ ਦੀ ਬਿਨਾਂ ਵਜ੍ਹਾ ਤੋਂ ਕੁੱਟਮਾਰ ਕੀਤੀ ਗਈ ਸੀ। ਜਿਸ ਮਾਮਲੇ ਵਿੱਚ ਮਾਨਯੋਗ ਅਦਾਲਤ ਨੇ ਪੀੜਤ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੇ ਇਨ
ਵਿਰਕ ਕੰਪਲੈਕਸ ਬਰਨਾਲਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਇਆਂ ਕਿਹਾ ਕਿ 1995 ਵਿੱਚ ਉਸ ਸਮੇਂ ਦੇ ਇੱਕ DSP ਮਹਿੰਦਰਪਾਲ ਸਿੰਘ ਛੋਕਰ ਸਮੇਤ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰਾਤ ਦੇ ਸਮੇਂ ਘਰੋਂ ਅਗਵਾ ਕਰਕੇ ਪੁਲਿਸ ਨੇ ਬਿਨਾਂ ਵਜ੍ਹਾ ਤੋਂ ਹੀ 3rd degree ਟੋਰਚਰ ਕੀਤਾ ਸੀ। 30 ਸਾਲ ਪਹਿਲਾਂ 9 ਫਰਵਰੀ ਦੀ ਰਾਤ ਨੂੰ 1995 ਦੇ ਵਿੱਚ ਮੈਨੂੰ ਉਦੋਂ DSP ਤਪਾ ਮਹਿੰਦਰਪਾਲ ਸਿੰਘ ਛੋਕਰ ਨੇ ਸਮੇਤ ਗੰਨਮੈਨ ਬਿਨਾਂ ਕਿਸੇ ਕਾਰਨ ਤੋਂ ਬਰਨਾਲੇ 6 ਨੰਬਰ ਗਲੀ ਦੇ ਵਿੱਚੋਂ ਘਰੋਂ ਚੁੱਕਿਆ ਔਰ ਮੇਰੇ ਨਾਲ 3rd degree ਲੈਵਲ ਦੀ ਇੰਟਰੋਗੇਸ਼ਨ ਕੀਤੀ, ਜਿਸ ਦੌਰਾਨ ਮੈਂ ਬੇਹੋਸ਼ ਹੋ ਗਿਆ। ਉਦੋਂ ਮੁਕੱਦਮਾ ਦਰਜ ਹੋਇਆ, ਲੇਕਿਨ ਬਹੁਤ ਲੰਬੀ ਪ੍ਰਕਿਰਿਆ ਦੇ ਬਾਅਦ ਅੱਜ ਉਹਦਾ ਫੈਸਲਾ ਹੋਇਆ। ਮਾਣਯੋਗ ਜੱਜ ਸਾਹਿਬ ਅਮਰਿੰਦਰਪਾਲ ਸਿੰਘ ACJM ਬਰਨਾਲਾ, ਜੋ ਮੇਰੇ ਐਡਵੋਕੇਟ ਸਨ ਸ਼੍ਰੀ ਹਰਿੰਦਰਪਾਲ ਸਿੰਘ ਜੀ ਰਾਣੂ, ਉਹਨਾਂ ਨੇ ਇਹਦੇ ਕੇਸ ਵਿੱਚ ਬਹੁਤ ਮਿਹਨਤ ਕੀਤੀ ਅਤੇ ਉਸ ਇਨਸਾਫ ਦੇ ਤਹਿਤ ਅੱਜ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਅਤੇ ਮੈਨੂੰ ਇਨਸਾਫ ਮਿਲਿਆ। ਮੈਂ ਬਹੁਤ ਖੁਸ਼ ਹਾਂ ਇਸ ਗੱਲ ਦੇ ਉੱਪਰ ਅਤੇ ਮੈਂ ਇਹ ਵੀ ਅਪੀਲ ਕਰਦਾ ਆਮ ਲੋਕਾਂ ਨੂੰ ਵੀ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ। ਉਦੋਂ ਇਹ DSP ਤਪਾ ਸੀ ਅਤੇ ਬਾਕੀ ਬੰਦੇ ਉਹਦੇ ਨਾਲ ਇਹ ਬਤੌਰ ਗੰਨਮੈਨ ਸੀ। ਮੈਨੂੰ ਅੱਜ ਨਹੀਂ ਪਤਾ ਇਹ ਕਿੱਥੇ ਸਰਵਿਸ ਕਰਦੇ ਨੇ। ਕੁੱਲ 4.5 ਸਾਲ ਦੀ ਸਜ਼ਾ ਕੀਤੀ ਹੈ ਜੀ ਅਦਾਲਤ ਨੇ, ਇੱਕ ਕੇਸ ਦੇ ਵਿੱਚ 3 ਸਾਲ, ਬਾਕੀ 3 ਕੇਸਾਂ ਦੇ ਵਿੱਚ 6-6 ਮਹੀਨੇ। ਬਿਲਕੁਲ ਜੀ, ਜਿਹੜਾ ਹੁਣ 25 ਸਾਲ ਤਾਂ ਵੈਸੇ ਲੱਗਦੇ ਨਹੀਂ ਹੁੰਦੇ ਕਿਸੇ ਕੇਸ ਨੂੰ, ਇਹ ਤਾਂ ਜੇ ਆਪਾਂ ਨਾ ਪੈਰਵੀ ਕਰਦੇ, ਵਕੀਲ ਸਾਹਿਬ ਨਾ ਪੈਰਵੀ ਕਰਦੇ, ਜਿਹੜਾ ਸਿਸਟਮ ਹੈ, ਈਵਨ ਜਿਹੜੀ ਸੋਸ਼ਲ ਮੀਡੀਆ ਜਾਂ ਜਿਹੜੀ ਪ੍ਰੈਸ ਆ ਜਾਂ ਭਾਈਚਾਰਾ ਜਿਹੜਾ, ਇਹ ਨਾ ਮਦਦ ਕਰਨ ਤਾਂ ਇੱਥੇ ਪਹੁੰਚਣਾ ਬਹੁਤ ਔਖਾ ਜੀ। ਖੈਰ, 25 ਸਾਲਾਂ ਬਾਅਦ ਭੋਲਾ ਸਿੰਘ ਨੂੰ ਆਖਿਰਕਾਰ ਇਨਸਾਫ ਮਿਲ ਹੀ ਗਿਆ। ਸਾਬਕਾ SP ਤੇ 2 ਮੌਜੂਦਾ ਥਾਣੇਦਾਰ ਸਣੇ 4 ਨੂੰ ਅਦਾਲਤ ਨੇ 4.5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਤਪਾ ਮੰਡੀ ਤੋਂ ਧਰਮਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156-0585 'ਤੇ। ਥੈਂਕ ਯੂ।